ਸਤਿ ਸ਼੍ਰੀ ਅਕਾਲ ਜੀ, ਮੈਂ ਇੱਕ ਵਾਰ ਫਿਰ ਤੋਂ ਜ਼ੋਰਾਵਰ ਸਿੰਘ ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਵੱਲੋਂ ਤੁਹਾਨੂੰ ਅੱਜ ਸਿੰਗਾਪੁਰ ਅਤੇ ਮਲੇਸ਼ੀਆ ਦਾ ਪੂਰਾ ਟੂਰ ਜੋ ਕਿ 5 ਦਿਨ ਦਾ, ਉਹਦੇ ਬਜਟ ਬਾਰੇ ਸਾਰੀ ਚੀਜ਼ਾਂ ਬਾਰੇ ਦੱਸੂੰਗਾ। ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਸਿੰਗਾਪੁਰ ਦੀ ਫਲਾਈਟ, ਜਿਹਦਾ ਕਿ ਰਿਟਰਨ ਦਾ ਖਰਚਾ 25,000 ਤੋਂ 30,000 ਰੁਪਏ ਹੋ ਜਾਂਦਾ ਹੈ ਪਰ ਪਰਸਨ ਦੇ ਹਿਸਾਬ ਨਾਲ। ਫਿਰ ਤੁਸੀਂ ਉੱਥੇ ਪਹੁੰਚਦੇ ਹੋ, ਪਹੁੰਚਦੇ ਸਾਰੇ ਉੱਥੇ ਜੁਹਲ ਕਰਕੇ ਬਹੁਤ ਹੀ ਵਧੀਆ ਏਅਰਪੋਰਟ 'ਤੇ, ਚਾਂਗੀ ਏਅਰਪੋਰਟ ਹੈ ਇਹਨਾਂ ਦਾ, ਜਿੱਥੇ ਬਹੁਤ ਫੈਸਿਲਿਟੀਆਂ ਹੈ ਬੱਚਿਆਂ ਦੇ ਲਈ, ਖੇਡਣ ਲਈ, ਹੋਰ ਐਂਟਰਟੇਨਮੈਂਟ ਲਈ ਬਹੁਤ ਕੁਛ ਹੈ ਉੱਥੇ। ਤੁਹਾਨੂੰ ਉੱਥੇ ਅੱਧਾ ਦਿਨ ਵੀ ਘੱਟ ਪੈ ਜਾਂਦਾ ਹੈ ਜੇ ਤੁਸੀਂ ਪੂਰੀ ਐਕਟੀਵਿਟੀਜ਼ ਇੰਜੋਏ ਕਰਨੀ ਆ ਉੱਥੇ ਜਾ ਕੇ। ਉਸ ਤੋਂ ਬਾਅਦ ਤੁਸੀਂ ਟੈਕਸੀ ਲੈ ਕੇ ਜਾਂਦੇ ਹੋ ਜਿਹੜੀ ਕਿ ਉੱਥੇ ਗ੍ਰੈਬ ਵੀ ਚੱਲਦੀ ਹੈ, ਆਪਣੇ ਹੋਟਲ ਪਹੁੰਚਦੇ ਹੋ। ਹੋਟਲ ਸਿੰਗਾਪੁਰ 'ਚ ਥੋੜ੍ਹੀ ਅਕੋਮੋਡੇਸ਼ਨ ਮਹਿੰਗੀ ਹੈ, ਜਿਹਦਾ ਕਿ ਪਰ ਨਾਈਟ ਦਾ ਖਰਚਾ ਮਿਨੀਮਮ ਨੋਰਮਲ ਹੋਟਲ ਦਾ 13 ਤੋਂ ਲੈ ਕੇ 15-16 ਹਜ਼ਾਰ ਰੁਪਏ ਤੱਕ ਪਰ ਨਾਈਟ ਦਾ ਹੈ ਵਿਦ ਬ੍ਰੇਕਫਾਸਟ ਦੋ ਜਾਣਿਆਂ ਦਾ। ਪਰ ਕਾਫ਼ੀ ਅੱਛੇ ਹੋਟਲ ਨੇ ਉੱਥੇ, ਕਾਫ਼ੀ ਨੀਟ ਐਂਡ ਕਲੀਅਰ ਕੰਟਰੀ ਆ ਉਹ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ। ਫਿਰ ਤੁਸੀਂ ਰੂਮ ਵੀ ਉੱਥੇ ਕਾਫ਼ੀ ਸੁੰਦਰ ਹੁੰਦੇ ਆ, ਕਾਫ਼ੀ ਵਧੀਆ ਬਿਊਟੀਫੁੱਲ ਨਾਈਸ ਵਿਊ ਦੇ ਨਾਲ, ਜਿਵੇਂ ਦੀ ਵੀ ਤੁਸੀਂ ਪੇ ਕਰਦੇ ਹੋ ਪ੍ਰੋਪਰਟੀ ਨੂੰ, ਉਵੇਂ ਦੇ ਅਕੋਰਡਿੰਗ ਤੁਹਾਨੂੰ ਰੂਮ ਉੱਥੇ ਮਿਲਦਾ ਹੈ। ਉੱਥੇ ਫਿਰ ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ, ਬਾਹਰ ਆਊਟਸਾਈਡ ਫੂਡ ਖਾਓ, ਸਟਰੀਟ ਫੂਡ, ਜਿਹਦੀ ਕਿ ਕੋਸਟ ਨੀਅਰ ਅਬਾਊਟ ਤੁਹਾਨੂੰ ਉੱਥੇ ਸਿੰਗਾਪੁਰੀ ਡਾਲਰ ਦੇ ਕਰੀਬ 10-12 ਡਾਲਰ 'ਚ ਇੱਕ ਮੀਲ ਮਿਲ ਜਾਂਦੀ ਹੈ ਈਜ਼ੀ, ਜੋ ਕਿ ਸਫੀਸ਼ੈਂਟ ਹੁੰਦੀ ਹੈ ਪਰ ਪਰਸਨ ਲਈ। ਰਾਤ ਨੂੰ ਉੱਥੇ ਇੱਕ ਬਹੁਤ ਵਧੀਆ ਗਾਰਡਨ ਬਾਈ ਦੀ ਵੇ ਹੈ ਜਿੱਥੇ ਲਾਈਟਿੰਗ ਸ਼ੋਅ ਹੁੰਦਾ ਹੈ, ਫ੍ਰੀ ਆਫ ਕੋਸਟ ਹੈ ਇਹਦੀ, ਕੋਈ ਵੀ ਟਿਕਟ ਨਹੀਂ ਹੈ ਦੇਖਣ ਦੀ। ਬਾਕੀ ਜੇ ਤੁਸੀਂ ਉੱਪਰ ਜਾ ਕੇ ਦੇਖਣਾ ਤਾਂ ਤੁਹਾਨੂੰ ਉਹਦਾ ਪੇ ਕਰਨਾ ਪੈ ਐਕਸਟਰਾ। ਅਤੇ ਗਾਰਡਨ ਬਾਈ ਦੀ ਵੇ ਤੋਂ ਫਾਊਂਟੇਨ ਸ਼ੋਅ ਵੱਲ ਜਾਂਦੇ ਜਾਂਦੇ ਰਾਸਤੇ 'ਚ ਬਹੁਤ ਹੀ ਸ਼ਾਨਦਾਰ ਤਰ੍ਹਾਂ ਦੇ ਨਾਈਟ ਵਿਊ ਹੈ, ਲਾਈਟਿੰਗ ਹੈ ਪੂਰੀ, ਜਿਹਦਾ ਕਿ ਤੁਸੀਂ ਇੰਜੋਏ ਕਰਦੇ ਹੋ ਰਾਸਤੇ 'ਚ ਜਾਂਦੇ ਜਾਂਦੇ। ਤੁਹਾਨੂੰ 1% ਵੀ ਫੀਲ ਨਹੀਂ ਹੁੰਦਾ, ਵਾਕਿੰਗ ਡਿਸਟੈਂਸ 'ਤੇ ਹੀ ਤੁਸੀਂ ਪਹੁੰਚ ਜਾਂਦੇ ਹੋ ਫਾਊਂਟੇਨ ਸ਼ੋਅ, ਜੋ ਕਿ ਫ੍ਰੀ ਆਫ ਕੋਸਟ ਹੈ ਉਹ ਵੀ। ਉੱਥੇ ਮਿਊਜ਼ਿਕ ਦੇ ਨਾਲ ਜਿਹੜੇ ਹੈ ਫੁਹਾਰੇ ਪੂਰਾ ਵਰਕ ਕਰਦੇ ਹੈ, ਕੁਛ ਤੁਸੀਂ ਕਾਫ਼ੀ ਇੰਜੋਏ ਕਰ ਸਕਦੇ ਹੋ ਉਹਨੂੰ ਦੇਖਦੇ ਹੋਏ, ਬੜਾ ਵਧੀਆ ਟਾਈਮ ਪਾਸ ਹੁੰਦਾ ਹੈ। ਫਿਰ ਤੁਸੀਂ ਹੋਟਲ ਆ ਕੇ ਰੈਸਟ ਕਰੋ ਅਤੇ ਨੈਕਸਟ ਡੇ ਬ੍ਰੇਕਫਾਸਟ ਕਰਕੇ ਨਿਕਲੋ ਦੁਬਾਰੇ ਯੂਨੀਵਰਸਲ ਸਟੂਡੀਓ ਵੱਲ, ਜੋ ਕਿ ਸੈਂਟੋਸਾ ਬੀਚ ਦੇ ਬਿਲਕੁਲ ਨੇੜੇ ਹੈ, ਦੋਨੋਂ ਇਕੱਠੇ ਹੀ ਹੈ। ਗ੍ਰੈਬ ਲੈ ਕੇ ਤੁਸੀਂ ਉੱਥੇ ਪਹੁੰਚੋ। ਯੂਨੀਵਰਸਲ ਸਟੂਡੀਓ ਦੀ ਟਿਕਟ ਨੀਅਰ ਅਬਾਊਟ 5,000 ਰੁਪਇਆ ਪਰ ਪਰਸਨ ਦੇ ਹਿਸਾਬ ਨਾਲ ਹੈ, ਬੱਚਿਆਂ ਦੀ ਥੋੜ੍ਹੀ ਘੱਟ ਹੁੰਦੀ ਹੈ। ਬਟ ਉਹਦੇ ਵਿੱਚ ਵੀ ਦੋ ਆਪਸ਼ਨਾਂ ਆਉਂਦੀਆਂ, ਇੱਕ VIP ਕਰਕੇ ਵੀ ਉੱਥੇ ਮਿਲਦੀ ਹੈ ਟਿਕਟ, ਜਿਹਦੇ 'ਚ ਤੁਹਾਨੂੰ ਕਿਊ ਬਹੁਤੇ ਲੰਬੇ 'ਚ ਨਹੀਂ ਖੜ੍ਹਨਾ ਪੈਂਦਾ ਅਤੇ ਤੁਹਾਡੀ ਐਂਟਰੀ ਸਾਈਡ ਤੋਂ ਹੋ ਜਾਂਦੀ ਹੈ, ਨਹੀਂ ਤਾਂ ਉੱਥੇ ਲਾਈਨਾਂ ਬਹੁਤ ਲੰਬੀਆਂ ਆਉਂਦੀਆਂ ਨੇ ਐਂਟਰੀ ਲਈ, ਜਿਹਦੇ 'ਚ ਕਾਫ਼ੀ ਟਾਈਮ ਵੇਸਟ ਹੁੰਦਾ ਹੈ। ਇਹਦੇ ਅੰਦਰ ਬਹੁਤ ਹੀ ਫੈਸਿਲਿਟੀਆਂ ਹੈ, ਬਹੁਤ ਹੀ ਬੱਚਿਆਂ ਦੇ ਜਾਂ ਵੱਡਿਆਂ ਦੇ ਇੰਜੋਏ ਕਰਨ ਲਈ ਐਕਟੀਵਿਟੀਜ਼, ਝੂਲੇ ਕੀ ਹੋਰ ਬਹੁਤ ਕੁਛ ਹੈ, ਰਾਈਡਸ ਵਗੈਰਾ ਹੈ, ਜਿਹਦਾ ਕਿ ਤੁਸੀਂ ਇੰਜੋਏ ਖੂਬ ਸਾਰਾ ਕਰ ਸਕਦੇ ਹੋ। ਇਹ ਪੂਰਾ ਪੈਸਾ ਵਸੂਲ ਹੈ, ਯੂਨੀਵਰਸਲ ਸਟੂਡੀਓ ਬਹੁਤ ਹੀ ਫੇਮਸ ਹੈ ਸਿੰਗਾਪੁਰ ਦਾ। ਉਹ ਤੋਂ ਬਾਅਦ ਤੁਸੀਂ ਨਾਲੇ ਉੱਥੋਂ ਈਵਨਿੰਗ 'ਚ ਨਿਕਲੋ, ਪੂਰਾ ਦਿਨ ਸਿੰਗਾਪੁਰ ਅਤੇ ਉਹਦੇ ਯੂਨੀਵਰਸਲ ਸਟੂਡੀਓ 'ਚ ਤੁਹਾਡਾ ਲੱਗ ਜਾਂਦਾ ਹੈ। ਨਾਲੇ ਸੈਂਟੋਸਾ ਬੀਚ ਹੈ, ਉੱਥੇ ਜਾ ਕੇ ਫਨ ਕਰੋ, ਇੰਜੋਏ ਕਰੋ, ਬਹੁਤ ਹੀ ਅੱਛੀ ਜਗ੍ਹਾ ਹੈ ਵੀ। ਇੱਥੇ ਵੀ ਕਾਫ਼ੀ ਐਕਟੀਵਿਟੀਜ਼ ਹੈ ਕਰਨ ਲਈ, ਸ਼ਾਮ ਨੂੰ ਨੀਅਰ ਅਬਾਊਟ 3 ਘੰਟੇ ਬਹੁਤ ਹੈ ਇੱਥੇ ਤੁਹਾਨੂੰ ਇੰਜੋਏ ਕਰਨ ਲਈ। ਉਸ ਤੋਂ ਬਾਅਦ ਦੁਬਾਰਾ ਤੁਸੀਂ ਹੋਟਲ ਆਓ, ਰੈਸਟ ਕਰੋ ਅਤੇ ਨੈਕਸਟ ਡੇ ਬ੍ਰੇਕਫਾਸਟ ਕਰਕੇ ਤੁਸੀਂ ਜਾ ਸਕਦੇ ਹੋ ਮਲੇਸ਼ੀਆ ਬਾਏ ਬੱਸ ਜਾਂ ਬਾਏ ਪਲੇਨ। ਅਸੀਂ ਗਏ ਸੀ ਬਾਏ ਬੱਸ, ਜਿਹਦੀ ਕਿ ਐਰੋਲਾਈਨ ਦੀ ਬੱਸ ਸੀ, ਡਬਲ ਡੈਕਰ ਬੱਸ ਸੀ, ਬਹੁਤ ਹੀ ਸ਼ਾਨਦਾਰ ਲਗਜ਼ਰੀ ਵਿਦ ਮੀਲ, ਅਤੇ ਅੰਦਰ TV ਵਗੈਰਾ ਵੀ ਲੱਗਿਆ ਸੀ ਸੀਟਾਂ ਦੇ ਮੂਹਰੇ, ਮੂਵੀ ਦੇਖਣ ਲਈ ਟਾਈਮ ਪਾਸ ਬੜਾ ਵਧੀਆ। ਮਲੇਸ਼ੀਆ ਦੇ ਬਾਰਡਰ 'ਤੇ ਹੀ ਉੱਥੇ ਸਾਡੀ ਇਮੀਗ੍ਰੇਸ਼ਨ ਹੋਊਗੀ, ਨਾਲ ਲੱਗਦੇ ਹੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅਤੇ ਤੁਸੀਂ ਬੱਸ 'ਚ
ਬੜਾ ਵਧੀਆ ਪਹੁੰਚ ਜਾਂਦੇ ਹੋ। 300 ਤੋਂ 3,500 ਰੁਪਏ ਪਰਸਨ ਦੀ ਟਿਕਟ ਹੁੰਦੀ ਹੈ ਬੱਸ ਦੀ, ਅਤੇ ਮਲੇਸ਼ੀਆ ਏ ਕੁਆਲਾ ਲੰਪੁਰ ਸਿਟੀ 'ਚ ਤੁਹਾਨੂੰ ਉਤਾਰ ਦਿੰਦੀ ਹੈ। ਉੱਥੋਂ ਫਿਰ ਤੁਸੀਂ ਆਪਣਾ ਗ੍ਰੈਬ ਕਰਕੇ ਪਹੁੰਚੋ ਆਪਣੇ ਹੋਟਲ, ਜਿਹੜਾ ਵੀ ਹੋਟਲ ਤੁਸੀਂ ਉੱਥੇ ਬੁੱਕ ਕੀਤਾ ਹੋਇਆ ਹੈ। ਮਲੇਸ਼ੀਆ ਦੇ ਵਿੱਚ ਹੋਟਲ ਥੋੜ੍ਹੇ ਸਸਤੇ ਮਿਲ ਜਾਂਦੇ ਆ, ਜਿਹਦਾ ਕਿ ਪਰ ਡੇ ਦਾ ਰੈਂਟ 4,000 ਤੋਂ 5,000 ਰੁਪਇਆ ਵਿਦ ਪਰਸਨ ਵਿਦ ਟੋਟਲ ਫੋਰ 2 ਪਰਸਨ ਵਿਦ ਬ੍ਰੇਕਫਾਸਟ ਮਿਲ ਜਾਂਦਾ ਹੈ। ਅਤੇ ਉਹ ਤੋਂ ਬਾਅਦ 'ਚੋਂ ਤੁਸੀਂ ਉੱਥੇ ਲੋਕਲ ਮਾਰਕੀਟ 'ਚ ਘੁੰਮੋ, ਫੂਡ ਲੈ ਕੇ ਆਓ, ਰਾਤ ਨੂੰ ਬੈਠ ਕੇ ਇੰਜੋਏ ਕਰੋ, ਸਵੀਮਿੰਗ ਪੂਲ ਦੇ ਕਿਨਾਰੇ ਜਿਵੇਂ ਮਰਜ਼ੀ ਤੁਸੀਂ ਜੋ ਵੀ ਤੁਸੀਂ ਫਨ ਭਾਲਦੇ ਹੋ, ਚਾਹੇ ਬਾਹਰ ਜਾ ਕੇ ਆਊਟਸਾਈਡ ਡਿਨਰ ਕਰ ਲਓ ਜਾਂ ਆਪਣੇ ਹੋਟਲ 'ਚ ਜਾਓ, ਜਿਵੇਂ ਵੀ ਤੁਹਾਡਾ ਇੱਛਾ ਹੈ। ਨੈਕਸਟ ਡੇ ਨਹਾ ਧੋ ਕੇ ਬ੍ਰੇਕਫਾਸਟ ਕਰਕੇ ਤਿਆਰ ਹੋ ਕੇ ਨਿਕਲ ਜਾਓ। ਇਹਦਾ ਜਿਹੜਾ ਟਵਿਨ ਟਾਵਰ ਦੇਖਣ ਲਈ, ਜੋ ਕਿ ਬੜੇ ਨੇੜੇ ਹੀ ਪੈਂਦਾ ਹੈ, ਇੱਥੇ ਦੀ ਵੀ ਟਿਕਟ ਪੈਂਦੀ ਹੈ, ਲੱਗਦੀ ਹੈ। ਇਹਦੇ ਇੱਕ ਮੌਲ ਦੇ ਅੰਦਰੋਂ ਐਂਟਰੀ ਹੈ, ਤੁਸੀਂ ਇਹਦੇ ਵਿੱਚ ਘੁੰਮ ਕੇ ਕਾਫੀ ਟਾਈਮ ਸਪੈਂਡ ਕਰ ਸਕਦੇ ਹੋ। ਬਹੁਤ ਹੀ ਅੱਛਾ ਸੂਰਿਆ ਕਰਕੇ ਮੌਲ ਹੈ ਉੱਥੇ ਇਹ, ਅਤੇ ਨਾਲ ਹੀ ਤੁਸੀਂ ਬਾਹਰ ਦਾ ਵਿਊ ਵੀ ਕਾਫੀ ਸ਼ਾਨਦਾਰ ਹੁੰਦਾ ਹੈ। ਉੱਥੇ ਵੀ ਕਾਫੀ ਫਾਊਂਟੇਨ ਵਗੈਰਾ ਲੱਗੇ ਹੋਏ ਹੈ, ਅਤੇ ਫੋਟੋ ਕਲਿੱਕ ਕਰਨ ਲਈ ਕਾਫੀ ਅੱਛੀਆਂ ਸੀਨਰੀਆਂ, ਬਿਊਟੀਫੁਲ ਪਲੇਸਿਸ ਹੈ ਉੱਥੇ ਸੂਰਿਆ ਦੇ ਕੋਲ ਬਿਲਕੁਲ। ਉਸ ਤੋਂ ਬਾਅਦ ਉਹਦੇ ਨੇੜੇ ਵਾਕਿੰਗ ਡਿਸਟੈਂਸ 'ਤੇ ਹੈ ਐਕੁਆਰੀਅਮ, ਜਿਹਦਾ ਕਿ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ। ਇਹਦੀ ਵੀ ਟਿਕਟ ਨੀਅਰ ਅਬਾਊਟ ਤੁਹਾਨੂੰ ਉੱਥੇ ਮਿਲ ਜਾਂਦੀ ਹੈ, 1,300 ਪਰ ਪਰਸਨ ਦੇ ਹਿਸਾਬ ਨਾਲ ਪੈ ਜਾਂਦੀ ਹੈ। ਟਵਿਨ ਟਾਵਰ ਦੀ ਟਿਕਟ ਹੈਗੀ ਹੈ 35 ਰਿੰਗੜ, ਜਿਹੜੇ 630 ਰੁਪਏ ਦੇ ਕਰੀਬ ਪੈਂਦੀ ਹੈ। ਉਸ ਤੋਂ ਬਾਅਦ 'ਚੋਂ ਰਾਤੀ ਤੁਸੀਂ ਪਹੁੰਚੋ KL ਟਾਵਰ, ਜਿਹਦੀ ਕਿ ਟਿਕਟ ਉੱਪਰ ਜਾਣ ਦੀ 500 ਦੇ ਕਰੀਬ ਪੈਂਦੀ ਹੈ। ਅਤੇ ਉਹਦੇ ਵੀ ਜੇ ਤੁਸੀਂ ਉੱਪਰ ਜਾ ਕੇ ਇੰਜੋਏ ਕਰਨਾ ਤਾਂ ਕਰੋ, ਨਹੀਂ ਤਾਂ ਨੀਚੇ ਫੋਟੋ ਫੋਟੋ ਖਿੱਚ ਕੇ ਆ ਜਾਓ। ਫਿਰ ਤੁਸੀਂ ਨੈਕਸਟ ਡੇ ਚਲੋ ਆਪਣਾ ਸੈਂਟਰਲ ਮਾਰਕੀਟ ਮਲੇਸ਼ੀਆ ਦੀ, ਜਿੱਥੇ ਕਿ ਤੁਸੀਂ ਸ਼ੋਪਿੰਗ ਕਰ ਸਕਦੇ ਹੋ। ਬੜੇ ਹੀ ਬਜਟ ਦੇ ਵਿੱਚ ਕਾਫੀ ਚੀਜ਼ਾਂ ਮਿਲ ਸਕਦੀਆਂ ਹੈ। ਜੇ ਤੁਸੀਂ ਆਪਣੇ ਰਿਲੇਟਿਵ ਜਾਂ ਫਰੈਂਡ ਲਈ ਗਿਫਟ ਵਗੈਰਾ ਖਰੀਦਣੇ, ਇੱਥੇ ਕਾਫੀ ਅੱਛੇ ਰੇਟ 'ਤੇ ਅਤੇ ਕਾਫੀ ਅੱਛੀ ਕੁਆਲਿਟੀ ਦੇ ਮਿਲਦੇ। ਅਤੇ ਉਹ ਤੋਂ ਬਾਅਦ 'ਚੋਂ ਅਸੀਂ ਤਾਂ ਨੈਕਸਟ ਡੇ ਲਾਸਟ ਦਿਨ ਆਪਣਾ ਬਣਾਇਆ ਸੀ ਪੁਤਰਾ ਜਾਇਆ, ਜੋ ਕਿ ਕੁਆਲਾ ਲੰਪੁਰ ਤੋਂ ਥੋੜ੍ਹਾ ਹਟ ਕੇ ਹੈ। ਉੱਥੇ ਮੈਂ ਹੋਟਲ ਬੁੱਕ ਕੀਤਾ ਸੀ ਡਬਲ ਟ੍ਰੀ ਬਾਏ ਹਿਲਟਨ, ਜੋ ਕਿ ਕਾਫੀ ਅੱਛੀ 5-star ਪ੍ਰੋਪਰਟੀ ਹੈ। ਇਹਦੇ ਆਈ ਵੀ ਆਪਣਾ ਹੀ ਵੱਖਰਾ ਨਜ਼ਾਰਾ ਹੈ ਪ੍ਰੋਪਰਟੀ ਦਾ। ਇਹਦਾ ਪਰ ਨਾਈਟ ਦਾ ਰੈਂਟ 10,000 ਦੇ ਕਰੀਬ ਸੀ ਵਿਦ ਬ੍ਰੇਕਫਾਸਟ। ਬਹੁਤ ਹੀ ਜ਼ਬਰਦਸਤ ਹੋਟਲ ਸੀ, ਬਟ ਰੀਅਲੀ ਇੰਜੋਏਬਲ। ਪੂਰਾ ਇੱਕ ਦਿਨ ਸਾਨੂੰ ਇਹਨੂੰ ਵਿਜ਼ਿਟ ਕਰਨ ਨੂੰ ਲੱਗ ਗਿਆ। ਇਹਨਾਂ ਦਾ ਲੇਕ ਸਾਈਡ ਪੂਲ ਸੀ, ਜਿੱਥੇ ਕਿ ਕਾਫੀ ਸਮਾਂ ਇੰਜੋਏ ਕੀਤਾ ਬੈਠ ਕੇ, ਅਤੇ ਉੱਪਰੋਂ ਜਿੱਥੇ ਅਸੀਂ ਬ੍ਰੇਕਫਾਸਟ ਕਰਦੇ ਹਾਂ ਡਿਨਰ ਕਰਦੇ, ਉਹਦਾ ਵੀ ਨਜ਼ਾਰਾ ਬਿਲਕੁਲ ਇੱਥੋਂ ਦਿਖਦਾ ਸੀ। ਅਤੇ ਇੱਕ ਸਭ ਤੋਂ ਵਧੀਆ ਵਧੀਆ ਗੱਲ ਬੱਚਿਆਂ ਲਈ, ਇੱਥੇ ਮਿੰਨੀ ਇਹ ਐਡਵੈਂਚਰ ਜਿਹੜਾ ਇਹ ਵਾਟਰ ਪਾਰਕ ਸੀ, ਜਿਹਦੇ ਵਿੱਚ ਵੀ ਬੱਚਿਆਂ ਨੇ ਕਾਫੀ ਇੰਜੋਏ ਕੀਤਾ, ਅਸੀਂ ਵੀ ਖੂਬ ਇੰਜੋਏ ਕੀਤਾ ਇੱਥੇ ਬੈਠ ਕੇ। ਇਹ ਪੂਰਾ ਪੈਸਾ ਵਸੂਲ ਪ੍ਰੋਪਰਟੀ ਹੈ ਇੱਕ। ਜੇ ਤੁਸੀਂ ਮਲੇਸ਼ੀਆ ਜਾਂਦੇ ਹੋ, ਇੱਕ ਵਾਰ ਪੁਤਰਾ ਜਾਇਆ 'ਚ ਡਬਲ ਟ੍ਰੀ 'ਚ ਜ਼ਰੂਰ ਜਾਓ, ਜਿਹਦੇ ਤੁਹਾਨੂੰ ਹੋਟਲ ਦੇ ਅੰਦਰ ਹੀ ਬਹੁਤ ਹੀ ਫੈਸਿਲਿਟੀਆਂ ਮਿਲ ਜਾਂਦੀਆਂ ਹੈ। ਇਹਦੇ ਅੰਦਰ ਈਵਨ ਕਿ ਆਰਕੇਡਸ ਗੇਮ ਵੀ ਖੇਲਣ ਨੂੰ ਸੀ, ਜਿਹਦਾ ਕਿ ਤੁਸੀਂ ਕੋਇਨ ਪਾ ਕੇ ਉੱਥੇ ਤੁਸੀਂ ਯੂਜ਼ ਕਰ ਸਕਦੇ ਸੀ। ਜਿਵੇਂ ਕਿ ਆਪਣਾ ਇੱਥੇ ਆਪਾਂ ਮੌਲ ਵਗੈਰਾ 'ਚ ਜਾਂਦੇ ਹਾਂ ਆਰਕੇਡਸ ਗੇਮ ਖੇਲਣ ਲਈ, ਇਹਨਾਂ ਦੇ ਹੋਟਲ ਦੇ ਅੰਦਰ ਉੱਥੇ ਇਹਦੀ ਫੈਸਿਲਿਟੀ ਹੈ। ਬੱਚੇ ਜਿਹਨੂੰ ਖੂਬ ਇੰਜੋਏ ਕਰਦੇ ਹੈ, ਅਤੇ ਤੁਹਾਡਾ ਟਾਈਮ ਪਾਸ ਬੜਾ ਵਧੀਆ ਤਰੀਕੇ ਨਾਲ ਇੱਥੇ ਹੁੰਦਾ ਹੈ। ਸ਼ਾਮ ਨੂੰ ਅਸੀਂ ਫਿਰ ਇੱਥੋਂ ਦੁਬਾਰੇ ਗ੍ਰੈਬ ਕੀਤੀ, ਅਤੇ ਅਸੀਂ ਜਾਣਾ ਸੀ ਇੱਕ ਉੱਥੇ ਮੌਲ ਹੈ ਉਹ ਦੇਖਣ ਲਈ, ਕਾਫੀ ਮਸ਼ਹੂਰ ਮੌਲ ਹੈ ਇੱਥੇ। ਇੱਥੇ ਬੇਟੇ ਨੇ ਕੁਛ ਬਾਏ ਕਰਨਾ ਸੀ, ਉਹ ਦੇਖਣ ਲਈ ਅਸੀਂ ਉੱਥੇ ਨਿਕਲ ਗਏ। ਇਹ ਮੌਲ ਦਾ ਨਾਮ ਹੈ IOI ਸਿਟੀ ਮੌਲ ਪੁਤਰਾ ਜਾਇਆ, ਬਟ ਇਹ ਵੀ ਕਾਫੀ ਵੱਡਾ ਮੌਲ ਹੈ, ਬਹੁਤ ਹੀ ਵੱਡਾ। ਇੱਥੇ ਬਹੁਤ ਟਾਈਮ ਪਾਸ ਹੁੰਦਾ ਹੈ,
ਬਟ ਅਸੀਂ ਥੋੜ੍ਹਾ ਆਪਣਾ ਬਾਏ ਕੀਤਾ, ਸ਼ੋਪਿੰਗ ਕੀਤੀ, ਫਿਰ ਅਸੀਂ ਆਪਣਾ ਹੋਟਲ ਆ ਗਏ। ਹੋਟਲ ਆਉਣ ਤੋਂ ਬਾਅਦ ਸਾਡਾ ਇੱਥੇ ਡਿਨਰ ਵੀ ਸਾਡਾ ਇੰਕਲੂਡ ਸੀ, ਜਿਹਦਾ ਕਿ ਬੜਾ ਅੱਛਾ ਲਾਈਵ ਮਿਊਜ਼ਿਕ ਉੱਥੇ ਚੱਲਦਾ ਸੀ। ਅਸੀਂ ਬੈਠ ਕੇ ਉਹਨੂੰ ਖੂਬ ਇੰਜੋਏ ਕੀਤਾ, ਅਤੇ ਪ੍ਰੋਪਰਟੀ ਪੂਰੀ ਪੈਸਾ ਵਸੂਲ ਸੀ। ਡਿਨਰ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਸੀ, ਅਲੱਗ ਅਲੱਗ ਤਰ੍ਹਾਂ ਦੇ ਫੂਡ, ਹਰੇਕ ਕੰਟਰੀ ਦਾ ਫੂਡ ਇੱਥੇ ਅਵੇਲੇਬਲ ਸੀ, ਜਿਵੇਂ ਦਾ ਵੀ ਤੁਸੀਂ ਲਾਈਕ ਕਰਦੇ ਹੋ। ਅਤੇ ਫਿਰ ਰੂਮ ਵੀ ਕਾਫੀ ਅੱਛਾ ਸੀ ਇਹਨਾਂ ਦਾ, ਰਾਤੀ ਸੁੱਤੇ ਮਾਰਨਿੰਗ ਬ੍ਰੇਕਫਾਸਟ ਕਰਨ ਲਈ ਫਿਰ ਆ ਗਏ। ਸਾਡੇ ਤਾਂ ਬਾਰਿਸ਼ ਵੀ ਪੈ ਰਹੀ ਸੀ ਇੱਥੇ ਇਸ ਟਾਈਮ, ਅਤੇ ਉੱਧਰੋਂ ਲੇਕ ਦਾ ਵਿਊ ਬੜਾ ਸ਼ਾਨਦਾਰ। ਬ੍ਰੇਕਫਾਸਟ ਵੀ ਇਹਨਾਂ ਦੇ ਬਹੁਤ ਸਾਰੀ ਡਿਸ਼ਿਜ਼, ਜਿਹਨੂੰ ਕਿ ਵੱਖਰੀ ਵੱਖਰੀ ਕੰਟਰੀਆਂ ਦੀਆਂ, ਹਰੇਕ ਤਰ੍ਹਾਂ ਦਾ ਫੂਡ, ਈਵਨ ਕਿ ਇੰਡੀਅਨ ਫੂਡ ਵੀ ਕਾਫੀ ਸ਼ਾਨਦਾਰ ਸੀ ਉੱਥੇ, ਅਸੀਂ ਉਹਦਾ ਵੀ ਖੂਬ ਇੰਜੋਏ ਕੀਤਾ। ਉਸ ਤੋਂ ਬਾਅਦ 'ਚੋਂ ਅਸੀਂ ਚੈੱਕਆਊਟ ਕਰਕੇ ਚੱਲ ਪਏ ਇੰਡੀਆ ਵੱਲ, ਆਪਣਾ ਏਅਰਪੋਰਟ ਫਲਾਈਟ ਲੈਣ ਲਈ। ਟੋਟਲ ਦੋ ਕੰਟਰੀਆਂ ਦਾ ਬਜਟ ਨੀਅਰ ਅਬਾਊਟ 75 ਤੋਂ 80 ਹਜ਼ਾਰ ਰੁਪਇਆ ਪਰ ਪਰਸਨ ਦੇ ਹਿਸਾਬ ਨਾਲ ਪੈ ਜਾਂਦਾ ਹੈ। ਧੰਨਵਾਦ, ਥੈਂਕ ਯੂ, ਥੈਂਕਸ ਫਾਰ ਵਾਚਿੰਗ ਦਿਸ ਵੀਡੀਓ, ਸੀ ਯੂ ਇਨ ਨੈਕਸਟ ਵੀਡੀਓ।